ਮੇਰਾ ਮੋਟਾਪਾ ਬਹੁਤ ਵੱਧ ਗਿਆ ਸੀਗਾ, ਮੇਰਾ 110 ਕਿਲੋ ਵਜ਼ਨ ਸੀਗਾ, ਸਾਹ ਦੀ ਪ੍ਰੋਬਲਮ ਆਉਂਦੀ ਸੀਗੀ, ਇੱਕ ਬਲੱਡ ਪ੍ਰੈਸ਼ਰ ਮੇਰਾ ਜ਼ਿਆਦਾ ਰਹਿੰਦਾ ਸੀ, ਅਤੇ ਯੂਟਿਊਬ ਦੇਖਣ ਨਾਲ ਫਿਰ ਮੈਨੂੰ ਪਤਾ ਲੱਗਾ ਕਿ ਵੀ ਸਟਾਰ ਹੋਸਪਿਟਲ ਇੱਥੇ ਹੈਗਾ ਜਲੰਧਰ ਦੇ ਵਿੱਚ। ਮੈਂ ਜਿੱਦਣ ਓਪਰੇਟ ਕਰਾਇਆ ਵਾ ਹੁਣ ਮੈਂ 1 ਹਫ਼ਤੇ ਬਾਅਦ ਆਇਆ ਵਾਂ, ਬਿਲਕੁਲ ਠੀਕ ਠਾਕ ਹਾਂ। ਮੇਰਾ ਨਾਮ ਰਜਿੰਦਰ ਸਿੰਘ ਹੈ, ਮੈਂ ਸਵੀਡਨ ਰਹਿੰਦਾ ਹਾਂ ਬਹੁਤ ਦੇਰ ਤੋਂ, ਅਤੇ ਮੈਂ ਮਤਲਬ ਕਿ ਵੀ ਮੇਰਾ ਮੋਟਾਪਾ ਬਹੁਤ ਵੱਧ ਗਿਆ ਸੀਗਾ, ਮੇਰਾ 110 ਕਿਲੋ ਵਜ਼ਨ ਸੀਗਾ, ਅਤੇ ਮੈਨੂੰ ਫਿਰ ਮਤਲਬ ਸਾਹ ਦੀ ਪ੍ਰੋਬਲਮ ਆਉਂਦੀ ਸੀਗੀ, ਇੱਕ ਬਲੱਡ ਪ੍ਰੈਸ਼ਰ ਮੇਰਾ ਜ਼ਿਆਦਾ ਰਹਿੰਦਾ ਸੀ, ਅਤੇ ਇਸ ਕਰਕੇ ਮੈਂ ਮਤਲਬ ਕਿ ਮੈਂ ਸੋਚਿਆ ਕਿ ਵੀ ਇਹਦਾ ਓਪਰੇਟ ਕਰਾਵਾਂ, ਕਿਉਂਕਿ ਕਈ ਜਣੇ ਉੱਥੇ ਓਪਰੇਟ ਕਰਕੇ ਆਏ ਸੀਗੇ ਬਾਹਰੋਂ ਇੰਡੀਆ ਤੋਂ, ਅਤੇ ਇਸ ਕਰਕੇ ਮੈਂ ਫਿਰ ਇੱਥੇ ਯੂਟਿਊਬ ਦੇਖਿਆ, ਅਤੇ ਯੂਟਿਊਬ ਦੇਖਣ ਨਾਲ ਫਿਰ ਮੈਨੂੰ ਪਤਾ ਲੱਗਾ ਕਿ ਵੀ ਸਟਾਰ ਹੋਸਪਿਟਲ ਇੱਥੇ ਹੈਗਾ ਜਲੰਧਰ ਦੇ ਵਿੱਚ, ਅਤੇ ਮੈਂ ਫਿਰ ਇਹਨਾਂ ਨਾਲ ਕੰਟੈਕਟ ਕੀਤਾ। ਕੰਟੈਕਟ ਕਰਨ ਤੋਂ ਬਾਅਦ 'ਚ ਇਹਨਾਂ ਨੇ ਫਿਰ ਕਿਹਾ ਕਿ ਠੀਕ ਹੈ ਤੁਸੀਂ ਆ ਸਕਦੇ ਹੈ, ਕਰ ਸਕਦੇ ਹੈ। ਫਿਰ ਇਹਨਾਂ ਨੂੰ ਮਿਲਿਆ ਬੋਲਿਆ ਵਾ, ਅਤੇ ਹੁਣ ਮੈਂ ਅਪਡੇਟ ਕੀਤਾ ਹੈਗਾ, ਮੇਰਾ ਵਜ਼ਨ ਸੀਗਾ 110 ਕਿਲੋ, ਅਤੇ ਹੁਣ ਮੈਂ ਜਿੱਦਣ ਅਪਡੇਟ ਕਰਾਇਆ ਵਾ ਉਸ ਤੋਂ ਤੀਸਰੇ ਦਿਨ ਜਿੱਦਣ ਮੈਨੂੰ ਛੁੱਟੀ ਮਿਲੀ ਆ, ਉਸ ਦਿਨ ਮੈਂ ਕਾਰ ਆਪਣੀ ਆਪ ਚਲਾ ਕੇ ਆਵਾਂ, ਅਤੇ ਹੁਣ ਵੀ ਮੈਂ ਕਾਰ ਚਲਾ ਕੇ ਆਇਆ ਵਾਂ, ਹੁਣ ਮੈਨੂੰ 7 ਦਿਨ ਹੋ ਗਏ, ਅਤੇ ਮੈਂ ਤਕਰੀਬਨ ਉਦਣ ਤੋਂ ਹੀ ਲੈ ਕੇ ਕਾਰ ਚਲਾ ਰਿਹਾ ਵਾਂ ਜਿੱਦਣ ਤੋਂ ਮੈਨੂੰ ਛੁੱਟੀ ਮਿਲੀ ਆ। ਅਤੇ ਕੋਈ ਇਸੇ ਗੱਲ ਨਹੀਂ ਹੈਗੀ, ਡਰਨ ਵਾਲੀ ਕੋਈ ਗੱਲ ਨਹੀਂ ਹੈਗੀ, ਡਾਕਟਰ ਸਾਹਿਬ ਬਹੁਤ ਵਧੀਆ ਵਾ, ਅਤੇ ਇੱਥੇ ਦੇ ਜਿਹੜੇ ਆਪਣੇ ਹੈਗੇ ਆ ਕੰਮ ਕਰਨ ਵਾਲੇ ਉਹ ਵੀ ਬਹੁਤ ਵਧੀਆ ਵਾ, ਨਰਸਾਂ ਬਹੁਤ ਵਧੀਆ ਵਾ। ਅਤੇ ਮੇਰਾ ਜਿਹੜਾ ਓਪਰੇਟ ਹੋਇਆ ਵਾ ਉਹ ਹੋਇਆ ਵਾ ਦੂਰਬੀਨ ਦੇ ਨਾਲ ਹੋਇਆ ਵਾ, ਉਹ 5-6 ਉਹਨਾਂ ਨੇ ਛੇਕ ਮਾਰੇ ਹੈਗੇ ਆ, ਅਤੇ ਲੇਕਿਨ ਉਹਨੇ ਜਿਹੜੇ ਸਟੀਚਰ ਲਗਾਏ ਹੈਗੇ ਆ ਨਾ, ਉਹ ਸਟੀਚਰ ਲਗਾਏ ਜਿਹੜੇ ਵਿੱਚ ਵਿੱਚ ਘੁਲ ਜਾਂਦੇ ਆ, ਠੀਕ ਹੈ, ਅਤੇ ਉਹਨਾਂ ਨੂੰ ਕੱਟਣ ਦੀ ਲੋੜ ਨਹੀਂ ਪਈ ਹੈਗੀ। ਅਤੇ ਹੁਣ ਮੈਂ 1 ਹਫ਼ਤੇ ਬਾਅਦ ਆਇਆ ਵਾਂ, ਬਿਲਕੁਲ ਠੀਕ ਠਾਕ ਹਾਂ। ਉਹਨਾਂ ਨੇ ਜਿਹੜੀ ਕੋਈ ਉੱਪਰ ਟੇਪ ਲਗਾਈ ਸੀਗੀ ਅਤੇ ਉਹ ਵੀ ਰਿਮੂਵ ਕਰਤੀ ਹੈਗੀ ਆ, ਉਹ ਕਹਿੰਦੇ ਕੋਈ ਗੱਲ ਨਹੀਂ, ਨੋਰਮਲ ਆ, ਜਿਸ ਤਰ੍ਹਾਂ ਮਰਜ਼ੀ ਹੁਣ ਨਹਾ ਸਕਦਾ ਵਾਂ, ਸ਼ਾਵਰ ਕਰ ਸਕਦਾ, ਨਹਾ ਤਾਂ ਮੈਂ ਉਦੋਂ ਵੀ ਸਕਦਾ ਸੀਗਾ। ਉਹਨਾਂ ਨੇ ਉਹ ਵਾਟਰਪਰੂਫ ਲਗਾਇਆ ਹੋਇਆ ਸੀਗਾ, ਬੈਨਰ ਲਗਾਏ ਹੋਏ ਸੀਗੇ, ਅਤੇ ਉਹ ਨਹਾ ਵੀ ਸਕਦਾ ਸੀਗਾ, ਅਤੇ ਹੁਣ ਮੈਂ ਵੈਸੇ ਵੀ ਸਾਬਣ ਲਗਾ ਸਕਦਾ ਵਾਂ। ਅਤੇ ਜੇਕਰ ਕਿਸੇ ਨੂੰ ਪ੍ਰੋਬਲਮ ਹੈਗੀ ਹੈ ਤਾਂ ਵੈਲਕਮ, ਇੱਥੇ ਤੁਸੀਂ ਕੰਟੈਕਟ ਕਰੋ, ਇੱਥੇ ਸਟਾਰ ਵਾਲਿਆਂ ਤੋਂ, ਸਟਾਰ ਹੋਸਪਿਟਲ ਬਹੁਤ ਵਧੀਆ ਵਾ, ਠੀਕ ਹੈ, ਅਤੇ ਇੱਥੇ ਰੂਮ ਵੀ ਬਹੁਤ ਵਧੀਆ ਹੈਗੇ ਆ। ਮੈਂ ਜਿਸ ਰੂਮ 'ਚ ਸੀਗਾ ਉੱਥੇ ਟੀ ਵੀ, ਏ ਸੀ ਔਰ ਗੀਜ਼ਰ ਲੱਗਾ ਹੋਇਆ ਸੀਗਾ, ਫਰਿੱਜ ਵੀ ਉੱਥੇ ਹੈਗੀ ਆ, ਠੀਕ ਹੈ, ਕਿ ਜੇ ਕੋਈ ਬਾਹਰੋਂ ਕੋਈ ਆਉਂਦਾ ਵਾ ਤਾਂ ਉਹਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਇੱਥੇ।